ਗੈਸਟਾਂ ਦੀ ਪਲੀਜ਼ ਉਹ ਕਲੈਪ ਕਰਦੇ ਜਦੋਂ ਆਪਣੇ ਚੀਫ ਗੈਸਟ ਆਉਣਗੇ। ਸੋ ਆ ਜਾਓ ਜੀ, ਵੈਲਕਮ। ਦੋਨੋਂ ਦਿਹਾੜੇ ਇਕੱਠੇ ਹੋਣ ਕਰਕੇ, ਕੱਲ ਸੰਡੇ ਹੋਣ ਕਰਕੇ, ਛੁੱਟੀ ਹੋਣ ਕਰਕੇ ਸਾਨੂੰ ਅੱਜ ਇਹ ਪ੍ਰੋਗਰਾਮ ਆਰਗਨਾਈਜ਼ ਕਰਨਾ ਪਿਆ। ਲਾਸਟ ਈਅਰ ਵੀ ਆਪਾਂ ਮਦਰਸ ਡੇ ਦਾ ਪ੍ਰੋਗਰਾਮ ਰੱਖਿਆ ਸੀ। ਕਹਿੰਦੇ ਨੇ ਕਿ ਹਰ ਜੈਂਟ ਮਰਦ ਦੀ ਲਾਈਫ ਦੇ ਵਿੱਚ ਇੱਕ ਨਾ ਇੱਕ ਦਿਨ ਇੱਦਾਂ ਆਉਂਦਾ ਕਿ ਉਸਨੂੰ ਅਵਾਰਡ ਕੀਤਾ ਜਾਂਦਾ ਹੈ। ਜੇ ਉਹ ਸਹੀ ਢੰਗ ਨਾਲ ਆਪਣੀ ਲਾਈਫ ਜਿਉਂ ਰਿਹਾ ਗਾ, ਸਹੀ ਢੰਗ ਨਾਲ ਆਪਣਾ ਕੰਮ ਕਰ ਰਿਹਾ, ਤਾਂ ਇੱਕ ਨਾ ਇੱਕ ਦਿਨ ਉਹਨੂੰ ਇਨਾਮ ਜ਼ਰੂਰ ਮਿਲਦਾ। ਬਟ ਸਾਡੇ ਮਦਰਸ, ਖਾਸਕਰ ਸਾਡੇ ਰੂਰਲ ਏਰੀਏ ਦੇ ਵਿੱਚ, ਪੇਂਡੂ ਏਰੀਏ ਦੇ ਵਿੱਚ ਜਿਹੜੀਆਂ ਮਦਰਸ ਨੇ, ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ। ਜੇ ਸੁਬਾਹ ਤੋਂ ਲੈ ਕੇ ਆਪਾਂ ਛੱਡੀ, ਸੁਬਾਹ ਉੱਠਣ ਤੋਂ ਲੈ ਕੇ ਸ਼ਾਮ ਪੈਣ ਤੱਕ ਉਹਨਾਂ ਦਾ, ਮੈਨੂੰ ਨਹੀਂ ਲੱਗਦਾ ਵੀ ਇੱਕ ਮਿੰਟ ਏਦਾਂ ਦਾ ਹੋਊਗਾ ਕਿ ਉਹ ਫ੍ਰੀ ਬੈਠੇ ਹੋਣਗੇ। ਹਰ ਵਕਤ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਘਰ ਦੇ ਕੰਮ ਬਾਰੇ, ਆਪਣੇ ਹਸਬੈਂਡ ਦੇ ਕੰਮ, ਉਸਦੇ ਆਪਣੇ ਹਸਬੈਂਡ ਦੀ ਜੋਬ ਦੇ ਕੰਮ ਦੇ ਬਾਰੇ ਦੇ ਵਿੱਚ, ਆਪਣੇ ਬੱਚੇ ਦੀ ਪੜ੍ਹਾਈ ਦੇ ਬਾਰੇ, ਬੱਚੇ ਦੇ ਸਕੂਲ ਬਾਰੇ, ਬੱਚੇ ਦੇ ਟੀਚਰਸ ਬਾਰੇ, ਖਾਣ ਪੀਣ ਬਾਰੇ, ਆਪਣੇ ਫਾਦਰ ਇਨ ਲਾ ਜਾਂ ਮਦਰ ਇਨ ਲਾ ਦੀ ਸੇਵਾ ਦੇ ਬਾਰੇ, ਕੋਈ ਵੀ ਹੋਵੇ ਕੰਮ, ਸਾਰਾ ਦਿਨ ਉਹਨਾਂ ਨੂੰ ਮਦਰਸ ਨੂੰ ਹਰ ਵਕਤ ਵਿਹਲ ਨਹੀਂ ਹੋਵੇਗੀ। ਸੋ ਉਹਨਾਂ ਦਾ ਸੰਘਰਸ਼ ਨੂੰ ਅਸੀਂ, ਉਹਨਾਂ ਦੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ ਸਕੂਲ ਵੱਲੋਂ। ਅਤੇ ਕੋਸ਼ਿਸ਼ ਕੀਤੀ ਹੈ ਕਿ ਇੱਕ ਨਿੱਕਾ ਜਿਹਾ ਸਕੂਲ ਦੇ ਵਿੱਚ ਜਿੰਨੇ ਸਟੂਡੈਂਟਸ ਪੜ੍ਹਦੇ ਆ, ਆਲਮੋਸਟ 200 ਸਟੂਡੈਂਟਸ ਆਰ ਦੇਅਰ। ਬਹੁਤ ਵਧੀਆ ਦਿਨ ਬਣਾਇਆ, ਇਹਦੇ ਬੱਚੇ ਮਾਂ ਰਿਸਪੈਕਟ ਕਰਦੇ ਆ, ਇੱਦਾਂ ਹੀ ਕਰਦੇ ਰਹਿਣ। ਮਾਂ ਇੱਕ ਬਹੁਤ ਕਰਦਾ, ਮਾਂ ਬੋਲ ਦੀ ਥਾਂ ਪਰਮਾਤਮਾ ਹਰੇਕ ਦੀ ਮਾਂ ਨੂੰ ਜਿਉਂਦੀ ਜਾਗਦੀ ਰੱਖੇ, ਹਰੇਕ ਮਾਂ ਵਧੀਆ ਰਹੇ ਪਰਮਾਤਮਾ। ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਵੀ ਇਹ ਸਕੂਲ ਬਹੁਤ ਵਧੀਆ, ਬਹੁਤ ਵਧੀਆ ਸਿਆਸਤ ਆ। ਮੈਨੂੰ ਬਹੁਤ ਮਾਣ ਆਪਦੇ ਬੱਚੇ ਨੇ, ਮੇਰਾ ਬੱਚਾ ਇੰਨਾ ਸਿਆਣਾ ਹੋਇਆ, ਇੰਨੇ ਸੋਹਣੇ ਜਾ ਕੇ ਘਰੇ ਗੱਲ ਕਰਦਾ। ਮੈਨੂੰ ਐਂ ਹੁੰਦਾ ਵੀ ਇਹ ਮੈਂ ਪਹਿਲਾਂ ਕਿਉਂ ਨਹੀਂ ਬੱਚਾ ਸਕੂਲ ਲਾ ਦਿੱਤਾ। ਮੇਰਾ ਬੇਟਾ ਮਨਜੋਤ ਸਿੰਘ ਸੌਂਗ ਹਰੇਕ ਗਲੀ ਸਾਰੇ ਐਂ ਕਹਿੰਦੇ ਨੇ ਵੀ ਇੰਨਾ ਸਿਆਣਾ ਹੈਗਾ। ਅਤੇ ਭੈਣ ਬਣ ਕੇ ਇੱਥੇ ਜੇ ਹੋ ਸਕਿਆ ਤਾਂ ਵੱਧ ਤੋਂ ਵੱਧ ਬੱਚੇ ਇੱਥੇ ਸਕੂਲ 'ਚ ਲਾਓ। ਬਹੁਤ ਸਿਆਣਾ ਸਟਾਫ ਆ, ਬਹੁਤ ਵਧੀਆ ਸਰ ਨੇ, ਕੋਈ ਗੱਲਬਾਤ ਹੋਈ ਤੁਸੀਂ ਦੱਸੋ, ਪਰ ਇਹ ਸਕੂਲ 'ਚ ਵੱਧ ਤੋਂ ਵੱਧ ਬੱਚੇ ਲਾਓ। ਮੈਂ ਤਾਂ ਜਿੱਥੋਂ ਤੱਕ ਹੋ ਸਕਦਾ ਹਰੇਕ ਨੂੰ ਕਹਿਣੀ ਆ ਵੀ ਬੱਚੇ ਤੁਸੀਂ ਇੱਥੇ ਲਾਓ। ਮੈਨੂੰ ਇਸ ਗੱਲ ਦੇ 5-7 ਸਾਲ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਸਕੂਲ ਇੰਨਾ ਵਧੀਆ ਇੱਥੇ ਸਕੂਲ ਲੈ ਲੱਗਿਆ। ਮੈਂ ਬੱਚੇ ਪਹਿਲਾਂ ਲਾਉਂਦੀ, ਮੇਰਾ ਬੱਚਾ ਇੰਨੀ ਸੋਹਣੀ ਗੱਲ ਕੀਤੀ, ਘਰੋਂ ਜਾ ਕੇ ਮੈਂ ਤੁਹਾਨੂੰ ਬਿਆਨ ਦੱਸ ਦਿੰਦੀ ਹਾਂ। ਇੱਕ ਦਿਨ ਅਸੀਂ ਸਾਰੀ ਫੈਮਿਲੀ ਬੈਠੇ ਘਰ, ਅਸੀਂ ਸ਼ਾਮ ਉੱਠ ਕੇ ਜਾਣ ਲੱਗੇ ਕਮਰੇ ਤੋਂ ਬਾਹਰ, ਮੇਰਾ ਬੇਟਾ ਕਹਿੰਦਾ ਮੰਮਾ ਬੈਠੋ। ਮੈਂ ਕਿਹਾ ਪੁੱਤ ਕੀ ਗੱਲ ਮੰਮਾ, ਕਬੀਰਦਾਰ ਦੀ ਵੀ ਗੱਲ ਚੱਲਦੀ ਹੁੰਦੀ ਆ। ਮੈਂ ਕਿਹਾ ਪੁੱਤ ਕਿਵੇਂ? ਕਹਿੰਦੇ ਮੰਮਾ ਸਾਡੇ ਟੀਚਰ ਨੇ ਦੱਸਿਆ ਵੀ ਕਬੀਰਦਾਰ ਦੀ ਇੱਦਾਂ ਗੱਲ ਕਰੀ ਹੁੰਦੀ ਆ ਜਿਵੇਂ ਮੇਰੇ ਦੀਦੀ ਵੱਡੇ ਆ। ਮੰਮਾ ਗੁੱਸਾ ਨਾ ਕਰਿਓ, ਮੈਂ ਸੋਹਣੇ ਗੱਲ ਕਹਿਣੀ ਚਾਹੁੰਦਾ। ਮੰਮਾ ਜਿਵੇਂ ਆਪਣੇ ਵੱਡੇ ਦੀਦੀ ਆ, ਆਪਾਂ ਉਹਨਾਂ ਦੇ ਵਿਆਹ ਕਰਨਾ,
ਆਪਾਂ ਰਿਸ਼ਤੇਦਾਰ ਤੋਂ ਪੈਸੇ ਲੈਣੇ ਆ, ਆਪਣੇ ਹਸਬੈਂਡ ਤੋਂ ਪੈਸੇ ਲੈਣੇ ਆ, ਉਹ ਤਾਂ ਮੰਮਾ ਪੀਰਦਾਰ ਦੀ ਗੱਲ ਹੁੰਦੀ ਆ। ਮੈਂ ਹੋਰ ਮੰਮਾ ਹਾਸੇ ਦੀਆਂ ਗੱਲਾਂ ਹੋਰ ਹੁੰਦੀਆਂ ਨੇ, ਜਾਂਦੀ ਮੈਨੂੰ ਬਹੁਤ ਵਧੀਆ ਲੱਗਿਆ ਵੀ ਇੰਨਾ ਵਧੀਆ ਸਕੂਲ ਆ ਗਏ, ਇੰਨੀ ਸੋਹਣੀ ਗੱਲ ਕਿਉਂਕਿ ਇਹਨਾਂ ਦਾ ਬੱਚਾ ਪਹਿਲਾਂ ਤਾਂ ਵੱਡੇ ਸਕੂਲ 'ਚ ਪੜ੍ਹਦਾ ਸੀ ਅਤੇ ਉਸ ਸਕੂਲ ਤੋਂ ਇਹ ਇੱਥੇ ਜ਼ਿਆਦਾ ਸੈਟਿਸਫਾਈ ਨਹੀਂ ਹੋਏਗੇ, ਬਟ ਇੱਥੇ ਆ ਕੇ ਇਹਨਾਂ ਨੂੰ ਪਤਾ ਚੱਲਦਾ ਕਿ ਕਹਿੰਦੇ ਹੁੰਦੇ ਆ ਕਿ ਉੱਚਾ ਮਕਾਨ ਪਿੰਡਾਂ ਮੰਗਵਾਉਣ ਵਾਲੀ ਗੱਲ ਹੁੰਦੀ ਆ। ਬਹੁਤ ਸਾਰੇ ਪੇਰੈਂਟਸ ਸਾਡੇ ਵਿੱਚ ਇਹਦੇ ਬੈਠੇ ਨੇਗੇ ਜਿਹੜੇ ਕਿ ਵੱਡੇ ਸਕੂਲਾਂ ਦੇ ਵਿੱਚੋਂ ਆਏ ਨੇ। ਮੈਂ ਕਿਸੇ ਸਕੂਲ ਦਾ ਨੇਮ ਵੀ ਲੈਣਾ, ਸਾਰੇ ਸਕੂਲ ਆਪਣਾ ਕੰਮ ਵਧੀਆ ਕਰ ਰਹੇ ਨੇ, ਚੰਗਾ ਕਰ ਰਹੇ ਨੇ, ਪਰ ਜੋ ਅਸੀਂ ਆਪਣੇ ਵੱਲੋਂ 100% ਦੇ ਰਹੇ ਹਾਂ, ਆਪਣੀ ਵੱਧ ਤੋਂ ਵੱਧ ਇਹ ਹੁੰਦਾ ਕਿ ਜੇ ਰਾਤ ਦੇ 12 ਵਜੇ 1 ਵਜੇ ਅੱਖ ਵੀ ਵੱਧ ਜਾਂਦੀ ਆ ਤਾਂ ਉਸ ਵਕਤ ਵੀ ਫਿਊਚਰ ਰੈਡੀ ਦਾ ਕੋਈ ਨਾ ਕੋਈ ਪਲੈਨ ਬਣਾ ਕੇ ਚੱਲਦਾ ਹੁੰਦਾ। ਸਾਰਾ ਦਿਨ ਸ਼ਾਮ ਤੱਕ ਜੋ ਵੀ ਕੰਮ ਕਰ ਰਹੇ ਹਾਂ ਫਿਊਚਰ ਰੈਡੀ ਦੇ ਕਰਕੇ ਹੀ, ਫਿਊਚਰ ਰੈਡੀ ਦੇ ਧਿਆਨ ਦੇ ਵਿੱਚ ਰੱਖ ਕੇ ਹੀ ਕੰਮ ਅਸੀਂ ਕਰ ਰਹੇ ਹਾਂ ਆਪਣੇ ਵੱਲੋਂ। ਤਾਂ ਕਿ ਬਣਿਆ ਮੈਨੇ ਇਹ ਵੀ ਦੇਖਿਆ ਵੀ ਉਹਦੇ ਦੀ ਪੜ੍ਹਾਈ ਕਿੱਦਾਂ ਹੋ ਰਹੀ ਹੈ ਅਤੇ ਕਿੱਦਾਂ ਨਹੀਂ ਹੋ ਰਹੀ ਹੈ। ਮੈਂ ਉਹਨਾਂ ਨੂੰ ਬਹੁਤ ਕਹਿੰਦੀ ਵੀ ਮੇਰੀ ਬੇਟੀ ਕੁਛ ਲਿਖ ਨਹੀਂ ਰਹੀ, ਉਹਨਾਂ ਨੇ ਕਹਿਣਾ ਵੀ ਨਹੀਂ ਆਉਂਦਾ, ਤੁਹਾਨੂੰ ਵਿਅਰਥ ਹੀ ਲੱਗ ਰਿਹਾ। ਚਲੋ ਮੇਰੇ ਕਹਾ ਠੀਕ ਹੈ, ਅਤੇ ਜਦੋਂ ਮੈਨੂੰ ਬਈਆ ਨੇ ਕਿਹਾ ਵੀ ਮੈਨੂੰ ਇੱਕ ਮੌਕਾ ਦਿਓ ਤੁਸੀਂ ਇੱਕ ਵਾਰ ਸਾਡੇ ਸਕੂਲ 'ਚ ਰਿਜ਼ਲਟ ਦੇਖੋ, ਤਾਂ ਮੈਨੂੰ ਮਤਲਬ ਥੋੜ੍ਹਾ ਡਰ ਸੀਗਾ ਕਿ ਪਤਾ ਨਹੀਂ ਮੇਰੀ ਬੇਟੀ ਕਿਵੇਂ ਹੋਊਗੀ ਕਿਵੇਂ ਨਹੀਂ ਹੋਊਗੀ, ਪਰ ਮੈਨੇ ਅੱਜ ਲਗਾਇਆ ਤਾਂ ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗ ਰਿਹਾ ਕਿ ਮੇਰੀ ਬੇਟੀ ਵੀ ਬਹੁਤ ਅੱਛਾ ਲਿਖਣ ਲੱਗ ਗਈ ਅਤੇ ਮੈਨੂੰ ਬਹੁਤ ਫਰੋਸ ਹੋ ਰਿਹਾ ਕਿ ਮੇਰੀ ਬੇਟੀ ਬਹੁਤ ਜ਼ਿਆਦਾ ਵਧੀਆ ਹੋ ਗਈ ਪਹਿਲਾਂ ਨਾਲੋਂ। ਅਤੇ ਹਰ ਮਾਂ ਨੂੰ ਉਹ ਹੁੰਦਾ ਆਪਣੇ ਬੱਚੇ ਬਾਰੇ, ਪਰ ਅੱਜ ਜੋ ਮੇਰੇ ਮਤਲਬ ਟੀਚਰ ਦੇ ਮੈਂ ਉਹਨੂੰ ਸਕੂਲ ਦੇ ਵਿੱਚ ਲਗਾਇਆ ਸੀ ਤਾਂ ਉੱਥੇ ਮੈਨੂੰ ਕਦੇ ਵੀ ਮੌਕਾ ਨਹੀਂ ਮਿਲਿਆ ਜਾਊਗਾ, ਤਾਂ ਇੱਥੇ ਮੈਨੂੰ ਬਹੁਤ ਮੌਕਾ ਵਧੀਆ ਮਿਲਿਆ ਵੀ ਮਤਲਬ ਮੈਂ ਵੀ ਇੰਜੋਏ ਕੀਤਾ ਅਤੇ ਆਪਣੀ ਲਾਈਫ ਨੂੰ ਯਾਦ ਆਈ ਪਿਛਲੀ ਬੜੀ ਵਧੀਆ ਲੱਗੀ ਜੀ। ਇੰਨਾ ਮਜ਼ਾ ਆ ਰਿਹਾ ਵੀ ਅੱਜ ਵੀ ਸਾਡੀ ਕੋਈ ਮਦਰ ਦੇ ਇੱਥੇ ਪਿੰਡਾਂ ਦੇ ਵਿੱਚ ਵੀ ਹੈ ਵੀ ਕੁਝ ਮੰਨ ਰਿਹਾ ਵੀ ਸਾਨੂੰ ਵੀ ਅਸੀਂ ਵੀ ਮਦਰ ਸੈ ਹੈ, ਸਾਨੂੰ ਫੀਲ ਹੋ ਰਿਹਾ ਹੈਗਾ ਵੀ ਕਿੰਨਾ ਵਧੀਆ ਲੱਗ ਰਿਹਾ ਇੰਜੋਏ। ਅਤੇ ਸਾਰੀ ਮਦਰ ਨੂੰ ਮੈਂ ਇਹੀ ਕਹੂੰਗੀ ਵੀ ਜੋ ਵੀ ਬੱਚੇ ਹੈ ਆਪਣੇ ਬੱਚੇ ਇੱਕ ਵਾਰ ਇਹ ਸਕੂਲ ਦੇ ਵਿੱਚ ਲਗਾ ਕੇ ਦੇਖੋ, ਸਿਰਫ ਐਵੇਂ ਨਾ ਦੇਖੋ ਵੀ ਬੱਚੇ ਥੋੜ੍ਹੇ ਹੈ ਜਾਂ ਜ਼ਿਆਦਾ, ਬਸ ਸਿਰਫ ਐਵੇਂ ਦੇਖੋ ਵੀ ਬੱਚੇ ਦੀ ਪੜ੍ਹਾਈ ਕਿੱਦਾਂ ਹੋ ਰਹੀ ਹੈ ਵਧੀਆ ਹੋ ਰਹੀ ਹੈ ਨਾ, ਬਸ ਇਸ ਟਾਈਮ ਦੇ ਉੱਤੇ ਇਹੀ ਹੀ ਦੇਖੋ। ਬਹੁਤ ਸ਼ੁਕਰੀਆ, ਥੈਂਕ ਯੂ। ਸਾਡੇ ਭਾਬੀ ਜੀ ਵੀ ਲੱਗਦੇ ਨੇ ਸਾਡੇ ਪਿੰਡ ਦੇ ਬਹੁਤ ਹੀ ਮੋਹਤਬਾਰ ਪਰਿਵਾਰਾਂ ਦੇ ਵਿੱਚੋਂ ਇਹ ਆਉਂਦੇ ਨੇਗੇ। ਸੋ ਇਹਨਾਂ ਦਾ ਬੱਚਾ ਵੀ ਇੱਕ ਵੱਡੇ ਸਕੂਲ ਦੇ ਵਿੱਚ ਪੜ੍ਹਦਾ ਸੀ, ਬਟ ਜੋ ਪਹਿਲਾਂ ਮੈਂ ਦੱਸ ਕੇ ਗਿਆ ਕਿ ਸਾਡੇ ਕੋਲ ਕੋਈ ਪ੍ਰਿੰਸੀਪਲ ਦੀ ਮੀਟਿੰਗ ਟਾਈਮਿੰਗ ਨਹੀਂ ਗਈ ਕਿ ਮੈਂ ਸਿਰਫ ਮੰਗਲਵਾਰ ਜਾਂ ਮੰਡੇ ਮਿਲੂ ਜਾਂ ਥਰਸਡੇ ਮਿਲੂ ਜਾਂ ਫਰਾਈਡੇ ਮਿਲੂ। ਨੋ, ਆਪਣੇ ਸਕੂਲ ਦੇ ਵਿੱਚ ਯੂ ਆਰ ਮੋਸਟ ਵੈਲਕਮ 24/7। ਸਾਡੇ ਸਕੂਲ ਦਾ ਫੋਨ ਜਾਂ ਸਕੂਲ ਵਾਲਾ ਨੰਬਰ ਆ ਉਹ ਅਸੀਂ ਰਾਤ ਦੇ 8 ਵਜੇ ਤੱਕ ਵੀ ਅਸੀਂ ਪੇਰੈਂਟਸ ਦੀ ਕਾਲ ਕਰਦੇ ਹਾਂ, ਬਟ ਕਈ ਵਾਰ 11 ਵਜੇ ਹੋ ਜਾਂਦੀ ਆ, 9 ਵਜੇ 10 ਵਜੇ ਉਦੋਂ ਵੀ ਸਾਨੂੰ ਥੋੜ੍ਹਾ ਜਿਹਾ ਸਵਿੱਚ ਆਫ ਕਰਨਾ ਪੈਂਦਾ ਗਾ, ਬਟ ਸੁਬਹਾ ਵੀ ਅਸੀਂ ਸਾਨੂੰ ਪਤਾ ਕਿ ਜਦੋਂ ਅਸੀਂ ਤਿਆਰ ਹੋ ਰਹੇ ਹੁੰਦੇ ਹਾਂ ਅਸੀਂ ਕਦੇ ਕਿਸੇ ਪੇਰੈਂਟਸ ਨੂੰ ਇਹ ਨਹੀਂ ਇਗਨੋਰ ਨਹੀਂ ਕੀਤਾ ਕਿਸੇ ਦਾ ਨੰਬਰ।
ਅਸੀਂ ਚਾਹੇ 5 ਮਿੰਟ 10 ਮਿੰਟ ਆਪ ਲੇਟ ਹੋ ਜਾਈਏ, ਬਟ ਫੋਨ ਜ਼ਰੂਰ ਅਟੈਂਡ ਕੀਤਾ ਜਾਵੇਗਾ। ਅਤੇ ਸਕੂਲ ਦੇ ਵਿੱਚ ਵੀ ਟੀਚਰਸ ਨੇ ਕਿਹਾ ਹੋਇਆ ਕਿ ਸਕੂਲ ਵਾਲਾ ਨੰਬਰ ਹੈਗਾ ਪਹਿਲੇ ਫੋਨ 'ਤੇ ਨਹੀਂ ਕਰਦਾ, ਬਟ ਕਈ ਵਾਰ ਇੱਦਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ, ਇੱਦਾਂ ਦੇ ਹਾਲਾਤ ਬਣ ਜਾਂਦੇ ਆ ਕਿ ਆਪਾਂ ਦੂਜੇ ਕੰਮਾਂ 'ਚ ਬਿਜੀ ਹੁੰਦੇ ਤਾਂ ਫੋਨ ਨਹੀਂ ਪਤਾ ਕੀ ਕਰਦਾ। ਉਹਦੇ ਵਾਸਤੇ ਵੀ ਅਸੀਂ ਸੌਰੀ ਕਹਿੰਦੇ ਉਹਨਾਂ ਦੇ। ਬਾਕੀ ਮੈਨੂੰ ਮੈਡਮ ਦਾ ਜਿਹੜਾ ਟਾਈਮ ਆ, ਮੈਂ ਕੋਈ ਪ੍ਰੋਪਰ ਟਾਈਮ ਇਹ ਵੀ ਤੁਹਾਨੂੰ ਕਹਿੰਦਾ ਕਿ ਤੁਸੀਂ ਮੈਨੂੰ ਸਿਰਫ ਮੰਡੇ ਮਿਲੋ, ਤੁਸੀਂ ਮੈਨੂੰ ਆਉਂਦੀ ਥਰਸਡੇ ਮਿਲੋ, ਨੋ, ਤੁਸੀਂ ਫੋਨ ਕਰਕੇ ਆਓ, ਕਾਲ ਕਰਕੇ ਆਓ, ਸਕੂਲ ਵਾਲੇ ਨੰਬਰ 'ਤੇ ਕਾਲ ਕਰ ਦਿਓ ਕਿ ਸਾਰਾ ਜਾਏ ਆ ਤਾਂ ਯੂਅਰ ਮੋਸਟ ਵੈਲਕਮ। ਜੇ ਮੈਂ ਇੱਥੇ ਹੋਇਆ ਪਹਿਲੀ ਗੱਲ ਤਾਂ ਮੈਂ ਇੱਥੇ ਫੋਨ ਹੁੰਦਾ ਹੀ ਆ, ਕਿਉਂਕਿ ਆਪਾਂ ਦੇਖਦੇ ਹਾਂ ਉਸ ਸਕੂਲਾਂ ਦੀ ਕੀ ਥੋੜ੍ਹੀ ਜਿਹੀ ਘਾਟ ਕੀ ਰਹਿ ਜਾਂਦੀ ਆ, ਮੈਨੇਜਮੈਂਟ ਕੀ ਕਰਦੀ ਆ, ਪ੍ਰਿੰਸੀਪਲ ਅਪੁਆਇੰਟ ਕਰਕੇ ਸਕੂਲ ਬਣਾ ਦਿੰਦੇ ਆ, ਬਟ ਨਹੀਂ, ਆਪਾਂ ਖੁਦ, ਮੈਂ ਅਤੇ ਮੇਰੇ ਵਾਈਸ ਪ੍ਰਿੰਸੀਪਲ ਮੈਡਮ ਪਾਤਰਾ ਨੇ, ਅਸੀਂ ਖੁਦ ਬੱਚਿਆਂ ਦੇ ਵਿੱਚ ਵਿਚਰਦੇ ਹਾਂ, ਖੁਦ ਲੈਕਚਰ ਲਾਉਂਦੇ ਬੱਚਿਆਂ ਦੇ, ਬੱਚਿਆਂ ਦੀਆਂ ਨੋਟਬੁੱਕਸ ਅਸੀਂ ਰੀਚੈੱਕ ਕਰਦੇ ਹਾਂ। ਅਤੇ ਸਾਨੂੰ ਪਤਾ ਵੀ ਇੰਨੇ ਬੱਚੇ ਨੋਟਬੁੱਕਸ ਰੀਚੈੱਕ ਕਰਦੇ ਆ ਕਿੰਨਾ ਅਗਲਾ ਟਫ ਕੰਮ ਆ। ਉਸ ਤੋਂ ਬਾਅਦ ਟੀਚਰਸ ਦੀਆਂ ਡਾਇਰੀਆਂ ਉਹ ਚੈੱਕ ਕਰਨੀਆਂ, ਉਸ ਤੋਂ ਬਾਅਦ ਤੁਸੀਂ ਬੱਚਿਆਂ ਦੇ ਮੰਥਲੀ ਟੈਸਟ ਲੈਣੇ, ਬੱਚਿਆਂ ਦੇ ਸਤੰਬਰ ਐਗਜ਼ਾਮਸ ਲੈਣੇ, ਫਾਈਨਲ ਐਗਜ਼ਾਮਸ ਲੈਣੇ, ਸਾਰਾ ਦਿਨ ਮੈਂਟੇਨ ਕਰਨਾ ਵੀ ਸਾਨੂੰ ਪਤਾ ਵੀ ਅਸੀਂ ਕਿਵੇਂ ਕਰ ਰਹੇ ਹਾਂ। ਬਟ ਅਸੀਂ ਲੱਗੇ ਹੋਏ ਹਾਂ, ਪਹਿਲੇ ਸਕੂਲ ਦੇ ਕੰਮ ਪਿੱਛੇ ਨਹੀਂ ਕੀਤਾ, ਹਮੇਸ਼ਾ ਉੱਚੇ ਬੇਟੀ ਦਾ ਕੰਮ ਅੱਗੇ ਲਿਆ ਕੇ ਹੀ ਆਪ ਪਿੱਛੇ ਰਹੇ ਹਾਂ। ਤਾਂ ਹੀ ਅੱਜ ਬਲੈਸਿੰਗ ਦੇ ਪਰਿਵਾਰ ਨੇ ਕਿ ਅੱਜ ਆਪਾਂ ਇੱਥੋਂ ਤੱਕ ਪਹੁੰਚੇ ਹਾਂ, ਇੱਥੋਂ ਤੱਕ 2 ਘੰਟੇ ਦਾ ਆਪਾਂ ਬੱਚੇ ਕਰ ਸਕਦੇ ਹਾਂ। ਸੋ ਇਸ ਤੋਂ ਬਾਅਦ ਪਲੀਜ਼ ਜੋ ਆਪਣੇ ਵਾਲਸ ਲੈਂਦੇ ਨੇ, ਮੈਂ ਉਹਨਾਂ ਨੂੰ ਟੈਸਟ ਕਰਨਾ ਕਿ ਪਲੀਜ਼ ਕਮ ਆਨ ਦੀ ਸਟੇਜ ਅਤੇ ਆਪਣਾ ਅਵਾਰਡ ਜਿਹੜਾ ਉਹ ਲੈ। ਮਦਰਸ ਡੇ 'ਤੇ ਇਹਨਾਂ ਨੇ ਬੱਚਿਆਂ ਦੀਆਂ ਮਾਵਾਂ ਨੂੰ, ਮਾਵਾਂ ਦੇ ਲਈ ਪ੍ਰੋਗਰਾਮ ਰੱਖਿਆ, ਉਹਨਾਂ ਨੂੰ ਸਨਮਾਨਿਤ ਕੀਤਾ, ਉਹ ਇੱਕ ਚੰਗਾ ਉਪਰਾਲਾ, ਕਿਉਂਕਿ ਮਾਵਾਂ ਨੇ ਜਿਹੜੀਆਂ ਉਹ ਸਾਡੇ ਸਮਾਜ ਦਾ ਇੱਕ ਸਭ ਤੋਂ ਜ਼ਰੂਰੀ ਅੰਗ ਨੇ, ਕਿਉਂਕਿ ਜੇ ਜੋ ਕੁਛ ਸਾਡੇ ਲਈ ਮਾਵਾਂ ਕਰਦੀਆਂ ਨੇ ਉਹਨਾਂ ਦਾ ਦੇਣ ਕੋਈ ਨਹੀਂ ਦੇ ਸਕਦਾ। ਸੋ ਇਹਨਾਂ ਨੇ ਮਾਂ ਦਿਵਸ ਦੇ ਉੱਤੇ ਆਪਣੇ ਸਕੂਲ ਦੇ ਵਿੱਚ ਪ੍ਰੋਗਰਾਮ ਰੱਖਿਆ, ਬਹੁਤ ਚੰਗਾ ਉਪਰਾਲਾ, ਉਹਨਾਂ ਨੂੰ ਸਨਮਾਨਿਤ ਕੀਤਾ, ਮਾਵਾਂ ਨੂੰ ਹੌਸਲਾ ਮਿਲੂਗਾ, ਔਰ ਚੰਗੀ ਗੱਲ ਹੈ ਕਿ ਇਹੋ ਜਿਹੇ ਪ੍ਰੋਗਰਾਮ ਨੇ ਜਿਹੜੇ ਸਕੂਲਾਂ ਦੇ ਵਿੱਚ ਹੋਣੇ ਚਾਹੀਦੇ ਨੇ। ਧੰਨਵਾਦ। ਸਰ ਕੀ ਕਹਿਣਾ ਚਾਹੁੰਗੇ ਜੀ ਮਦਰਸੇ? ਅੱਜ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਮਦਰ ਡੇ ਮਾਂ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਗਿਆ ਹੈਗਾ। ਇਹਨਾਂ ਦੇ ਪ੍ਰਬੰਧਕ ਜੋ ਮਨਕਮਲ ਜੀ ਨੇ, ਉਹਨਾਂ ਦਾ ਬਹੁਤ ਵਧੀਆ ਉਪਰਾਲਾ ਇਹ। ਮੈਨੂੰ ਲੱਗਦਾ ਵੀ ਇਸੇ ਤਰ੍ਹਾਂ ਹੀ ਜਿਹੜੇ ਛੋਟੇ ਛੋਟੇ ਸਮਾਗਮ ਆ ਸਾਡੀ ਔਰਤ ਨੂੰ ਅਪਹੋਲਡ ਕਰਨ ਦੇ ਲਈ, ਔਰਤਾਂ ਦੇ ਵਿੱਚ ਜਾਗਰਤੀ ਪੈਦਾ ਕਰਨ ਦੇ ਲਈ ਅਤੇ ਬੱਚਿਆਂ ਨੂੰ ਇੱਕ ਵਧੀਆ ਭਵਿੱਖ ਵੱਲ ਤੋਰਨ ਲਈ ਬਹੁਤ ਵਧੀਆ ਉਪਰਾਲਾ ਹੈਗਾ। ਪਿਛਲੇ ਸਮੇਂ ਦੇ ਵਿੱਚ ਵੀ ਇਹ ਔਰਤ ਦਿਵਸ ਵੀ ਹੋ ਗਿਆ, ਮਈ ਦਿਵਸ ਵੀ ਹੋ ਗਿਆ ਅਤੇ ਹੋਰ ਵੀ ਦਿਵਸ ਜਿਹੜੇ ਆਉਂਦੇ ਨੇ ਸਮਾਜ ਨੂੰ ਇੱਕ ਵਧੀਆ ਸੇਧ ਦੇਣ ਵਾਲੇ, ਜੋ ਇੱਕ ਕਿਸਮ ਦੇ ਕੋਈ ਸਮਾਗਮ ਹੁੰਦੇ ਨੇ ਇਹ ਕਰਵਾਉਂਦੇ ਰਹਿੰਦੇ ਨੇ, ਇਹਨਾਂ ਦੇ ਲਈ ਇਹ ਵਧਾਈ ਦੇ ਪਾਤਰ ਨੇ। ਅਤੇ ਅਸੀਂ ਸੋਚਦੇ ਹਾਂ ਕਿ ਵੀ ਜੇ ਤੁਸੀਂ ਸਮਾਜ ਨੂੰ ਇੱਕ ਵਧੀਆ ਜਿਉਣ ਜੋਗਾ ਚੰਗਾ ਚੰਗੇਰਾ ਬਣਾਉਣਾ ਗਾ ਤਾਂ ਇਹੋ ਜਿਹੇ ਸਮਾਗਮਾਂ ਦੀ ਬਹੁਤ ਲੋੜ ਹੈਗੀ। ਵਧੀਆ ਕਿਸਮ ਦੇ ਲੋਕ ਇੱਥੇ ਆਏ ਨੇ, ਉਹਨਾਂ ਨੇ ਆਪੋ ਆਪਣੀਆਂ ਸਪੀਚਾਂ ਦਿੱਤੀਆਂ, ਆਪੋ ਆਪਣੀਆਂ ਗੱਲਾਂ ਕੀਤੀਆਂ ਨੇ, ਮਦਰ ਡੇ ਨੂੰ ਸੰਬੰਧਿਤ ਕੀਤੀਆਂ ਨੇ। ਅਤੇ ਅਸੀਂ ਇਸ ਦਿਨ ਦੇ ਉੱਤੇ ਅੱਜ ਜਿੱਥੇ ਸਕੂਲ ਨੂੰ ਵਧਾਈ ਦਿੰਦੇ ਹਾਂ ਉੱਥੇ ਸਕੂਲ ਦੀ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਅਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਚੀਜ਼ਾਂ ਨੂੰ ਮਨਾਉਂਦੇ ਰਹਿਣ। ਮੈਂ ਇੱਕ ਮਾਂ ਵੀ ਹਾਂ ਅਤੇ ਮੈਂ ਇੱਕ ਨਰਸ ਵੀ ਰਹੀ ਹਾਂ ਅਤੇ ਮੈਂ ਇਸ 'ਤੇ
ਮਾਨ ਕਮਲ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਜਿਹਨੇ ਮੈਨੂੰ, ਮੈਂ ਆਪਣੀਆਂ ਸੇਵਾਵਾਂ ਤੋਂ ਮੁਕਤ ਵੀ ਹਾਂ ਅਤੇ ਇਹਨਾਂ ਨੇ ਮੈਨੂੰ ਯਾਦ ਕੀਤਾ ਅਤੇ ਮੇਰਾ ਬਹੁਤ ਵੱਡਾ ਸਨਮਾਨ ਕੀਤਾ। ਹਾਂਜੀ, ਅੱਜ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਟੱਲੇਵਾਲ ਵਿਖੇ ਮਾਂ ਦਿਵਸ ਮਨਾਇਆ ਗਿਆ ਹੈਗਾ ਅਤੇ ਮਾਂ ਦਿਵਸ ਮਨਾਉਣ ਦੇ ਵਾਸਤੇ ਅਸੀਂ ਚੀਫ ਗੈਸਟ ਦੇ ਤੌਰ 'ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਨੂੰ ਬੁਲਾਇਆ ਸੀ ਅਤੇ ਉਹ ਸਾਡੇ ਦਰਮਿਆਨ ਪਹੁੰਚੀਆਂ ਨੇ। ਅਸੀਂ ਸਕੂਲ ਵੱਲੋਂ, ਸਕੂਲ ਸਟਾਫ ਵੱਲੋਂ, ਸਕੂਲ ਮੈਨੇਜਮੈਂਟ ਵੱਲੋਂ ਦਿਲ ਦੀਆਂ ਗਹਿਰਾਈਆਂ ਨਾਲ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਵੀ ਐਕਟੀਵਿਟੀਆਂ ਹੁੰਦੀਆਂ ਨੇ ਅਤੇ ਜਦੋਂ ਵੀ ਅਸੀਂ ਇਹਨਾਂ ਨੂੰ ਆਵਾਜ਼ ਮਾਰਾਂਗੇ ਅਤੇ ਸਾਡੇ ਪਹਿਲੇ ਵਾਸਤੇ ਜ਼ਰੂਰ ਹਾਜ਼ਰ ਹੋਣਗੇ। ਸਕੂਲ ਵਿੱਚ ਇਹਨਾਂ ਨੂੰ ਜੀ ਆਇਆਂ ਕਹਿੰਦਾ ਵੈਲਕਮ ਕਰਦੇ ਹਾਂ। ਥੈਂਕ ਯੂ।